ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਦਿਨ ਹੈ ਜੀ ਮੰਗਲਵਾਰ ਤੇ 23 ਅਗਸਤ। ਮੇਰੇ ਨਾਲ ਇਸ ਵਕਤ ਆਨਲਾਈਨ ਤੇ ਜੁੜੇ ਹੋਏ ਹੋਣੀ ਆਪਾਂ ਪੱਟੀ ਸਾਹਿਬ ਹੋਰਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਪਤਾ ਬਲਵੀਰ ਸਿੰਘ ਉਸਮਾਨ ਹੋਰਾਂ ਵੱਲੋਂ ਸੈਟਲ ਤੋਂ, ਵਿਰਿੰਦਰ ਸਿੰਘ ਗਰੇਵਾਲ ਹੋਰੀ ਸੈਟਲ ਤੋਂ, ਅਮਰਜੀਤ ਸਿੰਘ ਤੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਸਰਦਾਰ ਲਖਵੀਰ ਸਿੰਘ ਲਖਵਿੰਦਰ ਸਿੰਘ ਚੀਮਾ ਤੇ ਚਰਨਜੀਤ ਸਿੰਘ ਸਮਰਾ ਹੋਰੀ ਨਿਊਯਾਰਕ ਤੋਂ, ਸਟੋਕਨ ਤੋਂ ਤ੍ਰਿਪਤੀਪਾਲ ਸਿੰਘ ਹੋਰੀ ਤੇ ਲੰਡਨ ਇੰਗਲੈਂਡ ਤੋਂ ਜਗਜੀਤ ਸਿੰਘ ਹੋਰਾਂ ਦੇ। ਸੋ ਪੱਟੀ ਸਾਹਿਬ ਦਾ ਸਵਾਗਤ ਕਰਦੇ ਹਾਂ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਪੱਟੀ ਸਾਹਿਬ, ਚਰਚਾ ਆਪਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਰੱਖੜ ਪੁੰਨਿਆਂ ਦੀ, ਕਿਉਂਕਿ ਮਾਝੇ ਦੇ ਵਿੱਚ ਰੱਖੜ ਪੁੰਨਿਆਂ ਦਾ ਜਿਹੜੇ ਉੱਥੇ ਪੋਲੀਟੀਕਲ ਕਾਨਫਰੰਸਾਂ ਹੁੰਦੀਆਂ ਉਹਦੀ ਬਹੁਤ ਮਹੱਤਵਤਾ ਹੁੰਦੀ ਹੈ। ਕਾਰਨ ਕੀ ਹੈ ਕਿ ਮਾਝੇ ਮਾਲਵੇ ਦੇ ਵਿੱਚ ਤਾਂ ਤੁਸੀਂ ਸਿਆਣੇ ਹੋ ਵੀ ਕਿਤੇ ਤਲਵੰਡੀ ਸਾਬੋ ਮੁਕਤਸਰ ਇੱਥੇ ਹੁੰਦੀਆਂ ਹੀ ਰਹਿੰਦੀਆਂ ਤੇ ਜਾਂ ਫਿਰ ਤੁਸੀਂ ਛਪਾਰ ਦੇ ਮੇਲੇ ਤੇ ਵੀ ਹੁੰਦੀਆਂ, ਪਰ ਮਾਝੇ ਦੇ ਵਿੱਚ ਰੱਖੜ ਪੁੰਨਿਆਂ ਦੀ ਜਿਹੜੀ ਹੈ ਪੋਲੀਟੀਕਲ ਕਾਨਫਰੰਸਾਂ ਨੇ ਉਹਨੂੰ ਬਹੁਤ ਮਹੱਤਵ ਦਿੱਤਾ ਜਾਂਦਾ। ਰਾਜਨੀਤੀ ਦਾ ਜਿਹੜਾ ਇੱਥੋਂ ਕੋਈ ਨਾ ਕੋਈ ਦਿਸ਼ਾ ਜਿਹੜੀ ਆ ਉਹ ਨਿਕਲਦੀ ਆ। ਸੋ ਕਿਹੜੀਆਂ ਕਿਹੜੇ ਬੰਦਿਆਂ ਨੇ, ਕਿਹੜੀਆਂ ਕਿਹੜੀਆਂ ਪੋਲੀਟੀਕਲ ਪਾਰਟੀਆਂ ਖਾਸ ਰਹੇ ਨੇ? ਜਿੱਥੋਂ ਤੱਕ ਬਕਾਇਦਾ ਤੌਰ ਤੇ ਰੱਖੜ ਪੁੰਨਿਆਂ ਦੇ ਮੇਲੇ ਦੀ ਗੱਲ ਆ ਜੀ, ਉੱਥੇ ਸਿਰਫ ਇਸ ਵਾਰੀ 3 ਕਾਨਫਰੰਸਾਂ ਹੋਈਆਂ ਨੇ ਜੀ। ਇੱਕ ਕਾਨਫਰੰਸ ਤੇ ਸਰਕਾਰ ਨੇ ਕੀਤੀ ਆ ਜਿਹਦੀ ਅਗਵਾਈ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੀ ਆ ਜੀ। ਦੂਜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਅਗਵਾਈ ਹੇਠ ਅਕਾਲੀ ਦਲ ਨੇ ਕੀਤੀ ਹੈ ਜੀ। ਤੇ ਤੀਜੀ ਕਾਨਫਰੰਸ ਨੂੰ ਪੰਥਕ ਕਾਨਫਰੰਸ ਕਿਹਾ ਗਿਆ ਸੀ, ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਨਾਂ ਤੇ ਕੀਤੀ ਗਈ ਆ। ਤੇ ਜੇ ਇਕੱਠ ਦੀ ਗੱਲ ਕਰ ਲਈਏ ਤੇ ਤੁਹਾਨੂੰ ਪਤਾ ਸਾਡੇ ਲੋਕ ਬਗਾਵਤ ਨੂੰ ਜਿਹੜੀ ਆ ਤਬੀਤ ਵਾਲੇ ਬੰਦੇ ਨੇ, ਅਸੀਂ ਬਾਗੀ ਦਾ ਸਾਹਿਬ ਦੇਖ ਕੇ ਬੜਾ ਖੁਸ਼ ਹੁੰਦੇ। ਬਿਲਕੁਲ ਜੀ, ਇਹਦੇ ਵਿੱਚ ਜਿਹੜੀ ਇਕੱਠ ਸੀਗਾ, ਜਿੰਨਾ ਕੁ ਇਕੱਠ ਸਰਕਾਰ ਦਾ ਸੀ ਸੁਖਬੀਰ ਸਿੰਘ ਬਾਦਲ ਦਾ ਸੀ, ਦੋਵਾਂ ਦਾ ਮਿਲਾ ਕੇ ਉਦੋਂ ਵੀ ਵੱਧ ਇਕੱਠ ਪੰਥਕ ਕਨਵੈਨਸ਼ਨ ਦਾ ਸੀ ਜੀ। ਲੇਕਿਨ ਸਭ ਤੋਂ ਵੱਡੀ ਗੱਲ ਇਹ ਸੀ ਦਾਨੇਵਾਲੀਆ ਸਾਹਿਬ, ਜਿਹੜੀ ਚੀਜ਼ ਨੂੰ ਧੂੰਦਾ ਕਮੇਟੀ ਕਹਿੰਦੀ ਹੈ ਵੀ ਬੁੱਢੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਤੇ ਕਮਾਂਡ ਅਕਾਲੀ ਦਲ ਦੀ ਨੌਜਵਾਨਾਂ ਦੇ ਹੱਥ ਦਿੱਤੀ ਜਾਵੇ ਜੀ। ਤੇ ਕੱਲ ਜਿਹੜੀ ਪੰਥਕ ਕਨਵੈਨਸ਼ਨ ਹੋਈ ਆ, ਉੱਥੇ ਲਗਭਗ ਜਿੰਨੇ ਵੀ ਬੁਲਾਰੇ ਸੀ ਉਹ ਪੰਥਕ ਬੁਲਾਰੇ ਸੀ ਜੀ, ਉਹਨਾਂ ਦੇ ਵਿੱਚ ਬਜ਼ੁਰਗ ਬਹੁਤ ਘੱਟ ਸੀ ਠੀਕ ਹੈ ਜੀ। ਤੇ ਉਹਨਾਂ ਦੇ ਵਿੱਚ ਉਹਨਾਂ ਨੇ 5-6 ਮਤੇ ਪਾਸ ਕੀਤੇ, ਜਿਹਨਾਂ ਵਿੱਚ ਪਹਿਲਾ ਮਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਆ ਉਹਨੂੰ ਰੋਕਣ ਦੀ ਗੱਲ ਕੀਤੀ ਗਈ, ਤੇ ਸਰਕਾਰ ਨੂੰ ਕਿਹਾ ਗਿਆ ਸੀ ਵੀ ਕੋਈ ਇਹੋ ਜਿਹਾ ਸਖ਼ਤ ਕਾਨੂੰਨ ਬਣਾਇਆ ਜਾਵੇ ਜਿਹਦੇ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਮੁੜ ਕੇ ਕੋਈ ਇਹੋ ਜਿਹੀ ਬੇਅਦਬੀ ਕਰਨਾ ਜਿਹੜਾ ਵਾ ਕੋਈ ਕੋਸ਼ਿਸ਼ ਨਾ ਕਰੇ ਜੀ। ਬਾਕੀ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਸੀ, ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਤੇ ਜਿਹੜੀ ਸਰਕਾਰ ਨੇ ਬਕਾਇਦਾ ਤੌਰ ਤੇ 2019 ਦੇ ਵਿੱਚ ਇਹ ਐਲਾਨ ਕੀਤਾ ਸੀਗਾ ਕਿ 8 ਬੰਦੀ ਸਿੰਘ ਛੱਡੇ ਜਾਣਗੇ ਤੇ ਜਿਹੜੇ 9ਵੇਂ ਬੰਦੇ ਨੇ ਭਾਈ ਰਾਜੂ ਵਾਲੇ ਦੀ ਫਾਂਸੀ ਜਿਹੜੀ ਆ ਉਹ ਉਮਰ ਕੈਦ ਤਬਦੀਲ ਕੀਤੀ ਜਾਊਗੀ ਜੀ। ਕਹਿੰਦਾ ਸਰਕਾਰਾਂ ਤੋਂ ਮੁੱਕਰ ਗਈਆਂ ਜੀ,
ਤੇ ਸਰਕਾਰਾਂ ਨੂੰ ਜਿਹੜੀ ਆ ਉਹ ਅਸੀਂ ਆਂਦੇ ਵੀ ਸਾਨੂੰ ਸਰਕਾਰਾਂ ਕੋਲ ਦਇਆ ਕੋਈ ਨਹੀਂ ਚਾਹੀਦੀ, ਕੋਈ ਰਹਿਮ ਕੋਈ ਨਹੀਂ, ਅਸੀਂ ਇਨਸਾਫ ਚਾਹੁੰਦੇ ਹਾਂ ਜੀ। ਸਾਨੂੰ ਸਾਡੇ ਮਨੁੱਖੀ ਹੱਕ ਨੇ, ਮਨੁੱਖੀ ਹੱਕਾਂ ਦੇ ਮੁਤਾਬਕ ਸਾਨੂੰ ਇਨਸਾਫ ਦਿੱਤਾ ਜਾਵੇ। ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਵੀ ਜੇ ਇਹਦੇ ਉੱਤੇ ਤੁਰੰਤ ਫੈਸਲਾ ਨਾ ਲਿਆ ਗਿਆ ਤੇ ਅਸੀਂ ਕੋਈ ਅਗਲਾ ਸੰਘਰਸ਼ ਵੱਢਣ ਲਈ ਮਜਬੂਰ ਆਵਾਂਗੇ ਜੀ। ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਗਈ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਸਰਮੌਰ ਸੰਸਥਾ ਸਾਡੀ ਹੈਗੀ ਹੈ ਤੇ ਸਾਡੇ ਪੁਰਖਿਆਂ ਨੇ ਬੜੀਆਂ ਕੁਰਬਾਨੀਆਂ ਨਾਲ ਸਿਰਜੀ ਹੈ ਜੀ। ਪਰ ਮੈਂ ਇਹ ਗੱਲ ਦੱਸਦਿਆਂ ਵੀ ਸ਼੍ਰੋਮਣੀ ਕਮੇਟੀ ਦੀ ਸਿਰਜਣਾ ਵਾਸਤੇ ਇੱਕ ਵੀ ਕੁਰਬਾਨੀ ਨਹੀਂ ਹੋਈ, ਕਿਉਂਕਿ ਜਿਹੜੇ ਇਹਦੇ ਪ੍ਰਧਾਨ ਸੀ, ਜਿਹੜਾ ਇਹ ਮਤਾ ਬਕਾਇਦਾ ਤੌਰ ਤੇ ਐਕਟ ਲੈ ਕੇ ਆਏ ਸੀ, ਜਿਨ੍ਹਾਂ ਨੇ ਸਿਰਫ ਤੋਂ ਸਿਰਫ ਅੰਗਰੇਜ਼ਾਂ ਦੀ ਸ਼ਹਿ ਤੇ ਇਸ ਕਮੇਟੀ ਬਣਾਈ ਸੀਗੀ, ਕਿਉਂਕਿ ਸਾਡੇ ਬੁੱਧੀਜੀ ਵਰਗ ਦੇ ਲੋਕ ਕਹਿੰਦੇ ਸੀ ਸਾਨੂੰ ਸਿੱਖਾਂ ਦਾ ਸਰਕਾਰ ਦਾ ਐਕਟ ਨਹੀਂ ਮਨਜ਼ੂਰ ਜੀ। ਲੇਕਿਨ ਇਹ ਸਾਡੇ ਜਿਹੜੇ ਟਾਊਟ ਲੋਕ ਸੀ ਉਹਨਾਂ ਨੇ ਕਿਹਾ ਨਹੀਂ ਇਹ, ਬਿਕੋਜ਼ ਪਹਿਲੇ ਪ੍ਰਧਾਨ ਬਕਾਇਆ ਤੌਰ ਤੇ ਸੁੰਦਰ ਸਿੰਘ ਮਜੀਠੀਆ ਬਣੇ ਸੀ ਇਹਦੇ ਐਸਜੀਪੀਸੀ ਦੇ, ਠੀਕ ਹੈ ਜੀ। ਉਹ ਕੌਣ ਸਨ ਸਾਰਿਆਂ ਨੂੰ ਪਤਾ ਵੀ ਸਰਦਾਰ ਬਹਾਦਰ ਦਾ ਖਿਤਾਬ ਉਹਨੂੰ ਅੰਗਰੇਜ਼ਾਂ ਨੇ ਦਿੱਤਾ ਸੀਗਾ ਜੀ। ਚਲੋ ਖੈਰ ਉਹਨਾਂ ਦੀ ਗੱਲ ਠੀਕ, ਉਹਨਾਂ ਵੀ ਆਪਣੇ ਲੈਵਲ ਤੇ ਕੀਤੀ ਆ। ਉਹ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਕੋਲ ਗੁਰਦੁਆਰਿਆਂ ਦੀ ਮਰਿਆਦਾ ਦਾ ਪ੍ਰਬੰਧ ਕਿਹਾ ਉਹ ਗੁਰਮਰਿਆਦਾ ਸਾਹਿਬ ਜਿਹੜਾ ਕਰਨੀ ਚਾਹੀਦੀ ਆ ਜੀ, ਤੇ ਸਿੱਖ ਜਿਹੜੇ ਉਹ ਵਿਦਿਅਕ ਤੇ ਸਾਹਿਤਕ ਸੰਬੰਧ ਅਦਾਰਿਆਂ ਦਾ ਜੋਗ ਪ੍ਰਬੰਧ ਕਰਨਾ ਚਾਹੀਦਾ ਜੀ। ਉਹ ਕਹਿੰਦੇ ਸੰਗਤਾਂ ਵਿੱਚ ਗੁਰੂ ਖਾਲਸਾ ਪੰਥ ਦੇ ਗੁਰਮਤ ਪ੍ਰਚਾਰ ਤੇ ਪ੍ਰਚਾਰ ਕਰਨਾ ਚਾਹੀਦਾ ਵਾ ਜੀ, ਜਿਸ ਦੇ ਝੰਡ ਵਿੱਚ ਮੌਜੂਦਾ ਸਮੇਂ ਇੱਕ ਬਹੁਤ ਨਿਘਾਰ ਹੋ ਚੁੱਕਾ ਵਾ ਤੇ ਪਿਛਲੇ 13 ਸਾਲਾਂ ਤੋਂ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ 5 ਸਾਲ ਬਾਅਦ ਹੋਣੀਆਂ ਜ਼ਰੂਰੀ ਹੁੰਦੀਆਂ ਨੇ ਜੀ, ਉਹ ਚੋਣੇ ਨਹੀਂ ਹੋ ਰਹੀਆਂ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਚੋਣਾਂ ਨੂੰ ਤੁਰੰਤ ਕਰਾਇਆ ਜਾਵੇ ਤੇ ਅੱਗੇ ਤੋਂ ਸਮੇਂ ਸਿਰ ਕਰਾਉਣ ਦਾ ਜਿਹੜਾ ਸੀ ਪ੍ਰਬੰਧ ਕੀਤੇ ਜਾਣ, ਤਾਂ ਕਿ ਇਹ ਲੇਟ ਨਾ ਹੋਣ, ਸਮੇਂ ਸਿਰ ਚੋਣਾਂ ਹੋਣ। ਜੇ ਪ੍ਰਬੰਧ ਦਿੱਤਾ ਵਾ ਤੇ ਸਿੱਖ ਆਪਣਾ ਪ੍ਰਬੰਧ ਆਪ ਕਰ ਸਕਣ ਜੀ। ਵੇਖੋ ਦਾਨੇ ਵਾਲੀ ਇਹ ਸਭ 1996 ਚੋਣਾਂ ਹੁੰਦੀਆਂ ਤੇ ਉਦੋਂ ਪਹਿਲਾਂ 1989 ਚੋਣਾਂ ਹੁੰਦੀਆਂ ਜੀ, 89 ਤੋਂ ਲੈ ਕੇ ਤੇ 96 ਤੱਕ ਐਸਜੀਪੀਸੀ ਦੀ ਚੋਣ ਹੀ ਨਹੀਂ ਹੁੰਦੀ। ਜਥੇਦਾਰ ਗੁਰਚਰਨ ਸਿੰਘ ਚੌੜਾ ਬਤੌਰ ਪ੍ਰਧਾਨ ਐਸਜੀਪੀਸੀ ਅਦਾਲਤ ਚ ਗਏ ਸੀ ਵੀ ਚੋਣਾਂ ਕਰੀਆਂ ਜਾਣ ਤੇ ਅਦਾਲਤ ਦੇ ਆਦੇਸ਼ਾਂ ਤੇ ਚੋਣਾਂ ਹੋਈਆਂ ਸੀ ਜੀ। ਅੱਜ ਤੁਸੀਂ ਪ੍ਰਧਾਨ ਨੂੰ ਪੁੱਛ ਕੇ ਵੇਖੋ ਜਾਓਗੇ ਤੁਸੀਂ, ਤੁਹਾਡਾ ਬਿਲਕੁਲ ਅਸੀਂ ਕਿਉਂ ਜਾਵਾਂਗੇ, ਸਾਡਾ ਤੇ ਟੱਟੂ ਠੇਲਾ ਚੰਗਾ ਲੜੀ ਜਾਂਦਾ ਸੀ, ਕਿਉਂ ਜਾਵਾਂਗੇ ਅਸੀਂ, ਰੋੜਾ ਪਿਆ ਹੋਇਆ। ਹੁਣ ਉਹ ਕਹਿੰਦੇ ਆ ਵੀ ਇਹ ਚੋਣਾਂ ਵੀ ਛੇਤੀ ਤੋਂ ਛੇਤੀ ਕਰਾਈਆਂ ਜਾਣ, ਅਸੀਂ ਸਰਕਾਰ ਤੋਂ ਇਹ ਗੱਲ ਦੀ ਮੰਗ ਕਰਦੇ ਹਾਂ ਜੀ। ਅਗਲੀ ਗੱਲ ਕਰਦੇ ਹਾਂ ਵੀ ਜਿਹੜੇ ਸਾਡੇ ਪੰਜਾਬ ਵਿਰੋਧੀ ਤਾਕਤਾਂ ਵਾ ਉਹ ਸਰਕਾਰ ਦੀ ਮਿਲੀ ਭੁਗਤ ਨੌਜਵਾਨ ਨੂੰ ਖਤਮ ਕਰ ਰਹੀਆਂ ਨੇ ਜੀ। ਨਸ਼ਿਆਂ ਦੀ ਰੋਕਥਾਮ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ, ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨਾਂ ਨੇ ਆ ਕੇ ਜਿੱਥੇ ਨਸ਼ਿਆਂ ਨੂੰ ਠੱਲ ਪਾਈ ਸੀ ਉੱਥੇ ਨੌਜਵਾਨਾਂ ਨੂੰ ਖੰਡੇ ਦੀ ਪੋਲ ਛੁਕਾ ਕੇ ਅੰਦਰ ਆਨੰਦਪੁਰ ਸਾਹਿਬ ਦੇ ਰਸਤੇ ਵੀ ਪਾਇਆ ਸੀ ਜੀ। ਉਹ ਕਹਿੰਦੇ ਵੀ ਇੱਕ ਸੋਚੀ ਸਮਝੀ ਸਾਜਿਸ਼ ਆ ਜਿਹਦੇ ਤਹਿਤ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ NSA ਲਾ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਭੇਜ ਦਿੱਤਾ ਗਿਆ ਵਾ ਜੀ, ਤੇ ਦੂਜੇ ਪਾਸੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਛਾਲ ਛੜਕੀਆਂ ਜਾ ਰਹੀਆਂ ਜੋ ਜਗ ਜਾਰ ਹੋ ਰਹੀਆਂ। ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਕਿ ਛੇਤੀ ਛੇਤੀ ਨਸ਼ਿਆਂ ਨੂੰ ਠੱਲ ਪਾਉਣ ਲਈ ਅਸਰਦਾਰ ਕਦਮ ਨਾ ਚੁੱਕੇ ਗਏ ਤਾਂ ਅਸੀਂ ਲੋਕਾਂ ਨੂੰ ਲਾਮਬੱਧ ਕਰਕੇ ਇੱਕ ਵੱਡਾ ਸੰਘਰਸ਼ ਵੱਢਾਂਗੇ ਜੀ। ਅਗਲੀ ਗੱਲ ਕੀਤੀ ਕਿਸਾਨੀ ਦੀ, ਉਹਨਾਂ ਕਿਹਾ ਕਿਸਾਨੀ ਦੇ ਵਿੱਚ ਵੀ ਅਸੀਂ ਇੱਕ ਮਰਤਬਾ ਦਾ ਐਦ ਕਰਦੇ ਹਾਂ
ਵੀ ਜਿੱਥੇ ਵੀ ਕਿਸਾਨੀ ਆਪਣੀਆਂ ਮੰਗਾਂ ਦੇ ਹੱਕ ਚ ਮੋਰਚਾ ਲੈਣਗੇ ਅਸੀਂ ਹਮਾਇਤ ਕਰਦੇ ਹਾਂ। ਅਸੀਂ ਕਿਸਾਨੀ ਮੋਰਚੇ ਸਮੇਂ ਕਹਿੰਦੇ ਜੋ ਮੰਨੀਆਂ ਗਈਆਂ ਮੰਗਾਂ ਸੀਗੀਆਂ ਉਹ ਵੀ ਸਰਕਾਰਾਂ ਨੇ ਅਜੇ ਤੱਕ ਲਾਗੂ ਨਹੀਂ ਕੀਤੀਆਂ, ਜਿਹਦੀ ਅਸੀਂ ਆਲੋਚਨਾ ਵੀ ਕਰਦੇ ਹਾਂ ਤੇ ਇਹ ਮੰਗ ਵੀ ਕਰਦੇ ਹਾਂ ਵੀ ਇਹ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ। ਸ਼ੰਭੂ ਤੇ ਖਨੌਰੀ ਬਾਰਡਰ ਤੇ ਦਿੱਲੀ ਜਾਣ ਰਸਤੇ ਜਿਹੜੇ ਉੱਪਰ ਲਾਈਆਂ ਪਾਬੰਦੀਆਂ ਉਹ ਤੁਰੰਤ ਹਟਾਈਆਂ ਜਾਣ। ਜਿਹੜਾ ਵੀ ਕਿਸਾਨ ਕਮੇਟੀ ਕਿਸਾਨ ਸੰਘਰਸ਼ ਕਮੇਟੀਆਂ ਜਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨਗੀਆਂ ਤੇ ਸਾਡਾ ਇਹ ਇਕੱਠ ਉਹਦੀ ਸਪੋਰਟ ਕਰੇਗਾ। ਅਗਲੀ ਗੱਲ ਜਿਹੜਾ ਸਭ ਤੋਂ ਵੱਡਾ ਸ਼ਿਵਾ ਮਤਾ ਕੀਤਾ ਉਹਨਾਂ ਨੇ, ਉਹ ਕਹਿੰਦੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਸ ਪੰਥਕ ਇਕੱਠ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਭਾਰੀ ਮਤਦਾਨ ਲੋਕਾਂ ਵੱਲੋਂ ਦਿੱਤੇ ਨੂੰ ਮੁੱਖ ਰੱਖਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਲਈ NSA ਤੇ ਹੋਰ ਕੇਸਾਂ ਨੂੰ ਤੁਰੰਤ ਰੱਦ ਕਰਕੇ ਰਿਹਾ ਕੀਤਾ ਜਾਵੇ। ਜੇਕਰ ਸਰਕਾਰ ਵੱਲੋਂ ਭਾਈ ਸਾਹਿਬ ਤੇ ਸਾਥੀਆਂ ਨੂੰ 20 ਅਕਤੂਬਰ ਤੱਕ ਰਿਹਾ ਨਹੀਂ ਕੀਤਾ ਜਾਂਦਾ ਤੇ ਸਮੁੱਚੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਅਤੇ ਅਰਦਾਸ ਕਰਕੇ ਸਰਕਾਰ ਦੇ ਖਿਲਾਫ਼ ਇੱਕ ਤਿੱਖਾ ਸੰਘਰਸ਼ ਵਿੱਢ ਦੇਵੇਗੀ ਵੀ ਅਲਟੀਮੇਟਮ ਦੇਤਾ ਵੀ 20 ਅਕਤੂਬਰ ਤੱਕ ਤੁਸੀਂ ਆਦਾ ਕੀਤਾ ਤੇ ਫਿਰ ਇਹਦੇ ਸਿੱਟੇ ਭੁਗਤਾਂ ਲਈ ਤਿਆਰ ਰਹੋ ਤਿਆਰ ਰਹੋ। ਇਹ ਚਾਰ ਬਕਾਇਦਾ ਤੌਰ ਤੇ ਉਹਨਾਂ ਨੇ ਜਿਹੜੇ ਸੀ ਮਤੇ ਪਾਸ ਕੀਤੇ ਸੀ, 6 ਮਤੇ ਪਾਸ ਕੀਤੇ ਸੀ। ਠੀਕ ਹੈ ਜੀ। ਹੁਣ ਜਿਹੜੇ ਸਰਬਜੀਤ ਸਿੰਘ ਉਹਦੇ ਸੰਸਦ ਮੈਂਬਰ ਉਹ ਵਿਚਾਰੇ ਸਿੱਧੇ ਸਾਧਨ ਤੇ ਹੈਗੇ, ਉਹ ਗੱਲ ਵੀ ਸਿੱਧੀ ਕਰਦੇ, ਉਹ ਕੋਈ ਲੋਕਾਲਪੂ ਤੇ ਰੱਖਦੇ ਨਹੀਂ। ਉਹਨਾਂ ਨੇ ਵੀ ਕਿਹਾ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਇਹ ਜੇਲ੍ਹ ਚ ਕਿਉਂ ਬੰਦ ਕੀਤਾ ਜੀ? ਸਰਕਾਰ ਕਹਿੰਦੀ ਆ ਵੀ ਸਰਕਾਰ ਕਹਿੰਦੀ ਉਹ ਖਤਰਾ ਜੀ ਉਹਨਾਂ ਨੂੰ ਕਹਿੰਦੇ, ਸਰਕਾਰ ਨੂੰ ਖਤਰਾ ਹੋ ਸਕਦਾ ਅਸੀਂ ਕਹਿ ਸਕਦੇ ਹਾਂ, ਲੇਕਿਨ ਸਮਾਜ ਨੂੰ ਕੋਈ ਖਤਰਾ ਨਹੀਂ। ਸਮਾਜ ਨੇ ਤੇ ਲੱਖਾਂ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕੀਤਾ ਤੇ ਉਹਨਾਂ ਨੂੰ ਖਤਰਾ ਕਾਹਦਾ? ਉਹਨਾਂ ਨੂੰ ਜੇ ਖਤਰਾ ਸਮਾਜ ਨੂੰ ਹੁੰਦਾ ਤੇ ਵੋਟਾਂ ਕਿਉਂ ਬਣਾਉਂਦੇ? ਕਹਿੰਦੇ ਬਿਲਕੁਲ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਅੰਦਰ ਰੱਖਿਆ ਗਿਆ ਜੋ ਬਿਲਕੁਲ ਗਲਤ ਹੈ, ਤੇ ਮੈਂ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਗ੍ਰਹਿ ਮੰਤਰੀ ਨੂੰ ਮਿਲਣ ਵਾਸਤੇ 2 ਵਾਰੀ ਸਮਾਂ ਮੰਗਿਆ ਬਾਰੇ 2 ਵਾਰੀ ਸਮਾਂ ਦੇ ਕੇ ਤੇ ਮੈਨੂੰ ਗ੍ਰਹਿ ਮੰਤਰੀ ਨੇ ਮੁਲਾਕਾਤ ਕਰਨ ਤੋਂ ਇਨਕਾਰ ਕੀਤਾ ਤੇ ਅਸੀਂ ਹੁਣ ਸਾਡੇ ਕੋਲ ਰਸਤਾ ਸੰਘਰਸ਼ ਦਾ ਰਹਿ ਗਿਆ, ਹੋਰ ਕੋਈ ਰਹਿ ਨਹੀਂ ਗਿਆ। ਨਾਲ ਉਹ ਦੂਜੀ ਗੱਲ ਇੱਕ ਹੋਰ ਕਰਦੇ, ਕਹਿੰਦੇ ਇੱਕ ਪਾਸੇ ਤੇ ਵੇਖੋ ਸੌਦਾ ਸਾਧ ਵਰਗਿਆਂ ਨੂੰ 12 ਪਰੌਲਾਂ ਦਿੱਤੀਆਂ, ਪਹਿਲਾਂ 1 ਦਿਨ ਦੀ, ਫਿਰ 2 ਦਿਨ ਦੀ, ਫਿਰ 20 ਦਿਨ ਦੀ, ਫਿਰ ਮਹੀਨੇ ਦੀ, ਫਿਰ 3 ਮਹੀਨਿਆਂ ਜੀ। ਇੰਨੀਆਂ ਦੀਆਂ ਵੱਡੀਆਂ ਤੁਸੀਂ ਪਰੌਲਾਂ ਦਿੱਤੀਆਂ, ਫਰਲੋ ਦਿੱਤੀ, ਲੇਕਿਨ ਬੰਦੀ ਸਿੰਘਾਂ ਦਾ ਕੀ ਕਸੂਰ ਹੈ? ਜਿਹੜੇ ਜੋ ਕੁਛ ਇਹਨੇ ਕੀਤਾ ਸੌਦਾ ਸਾਧ ਨੇ, ਤੇ ਬੰਦੀ ਸਿੰਘਾਂ ਕੀਤਾ ਹੀ ਨੀ ਗਾ। ਬਿਲਕੁਲ ਸਿਆਣੀ ਗੱਲ ਕਹੀ ਤੁਸੀਂ। ਬੰਦੀ ਸਿੰਘਾਂ ਦੀ ਨਾ ਕਿਸੇ ਨਾਲ ਜਾਤੀ ਦੁਸ਼ਮਣੀ ਸੀ, ਨਾ ਅਖਲਾਕੀ ਦੁਸ਼ਮਣੀ ਸੀ, ਨਾ ਸਿਆਸੀ ਦੁਸ਼ਮਣੀ ਸੀ। ਉਹ ਤਾਂ ਮਸਲਾ ਸੀ, ਉਹਨਾਂ ਦੀ ਮਸਲਾ ਸੀ, ਸਿਆਸੀ ਮਸਲਾ ਸੀ ਜੀ, ਜਿਹਦੇ ਵਿੱਚ ਉਹ ਹਾਲਾਤ ਪੈਦਾ ਹੋਏ ਤੇ ਉਹਨਾਂ ਹਾਲਾਤਾਂ ਨੂੰ ਸਿਆਸੀ ਸਮਝ ਕੇ ਤੇ ਸਿਆਸੀ ਕੈਦੀਆਂ ਵਾਲਾ ਇਹਨਾਂ ਨਾਲ ਵਿਹਾਰ ਕੀਤਾ ਜਾਣਾ ਚਾਹੀਦਾ ਵਾ। ਇਸ ਕਰਕੇ ਸੌਦਾ ਸਾਹਿਬ ਨੂੰ ਤਾਂ ਤੁਸੀਂ ਦੇ ਦਿੰਦੇ ਹੋ ਵੀ ਹਰ ਮਹੀਨੇ ਪਰੌਲ ਦਿੱਤੀ, 2 ਮਹੀਨੇ ਬਾਅਦ ਦਿੱਤੀ, ਤੇ ਅਸੀਂ 1 ਮਹੀਨੇ ਸਮਾਂ ਦਿੰਦੇ ਹਾਂ ਜੀ। ਜੇ ਬੰਦੀ ਸਿੰਘਾਂ ਨੂੰ ਰਿਹਾ ਨਾ ਕੀਤਾ ਗਿਆ ਤੇ ਅਸੀਂ ਫਿਰ ਅਗਲਾ ਸੰਘਰਸ਼ ਵਜਣ ਲਈ ਮਜਬੂਰ ਹੋਵਾਂਗੇ ਜੀ। ਇਹੋ ਜਿਹੀ ਉਹਨਾਂ ਨੇ ਗੱਲਾਂ ਕੀਤੀਆਂ, ਲੇਕਿਨ ਸਟੇਜ ਦੇ ਉੱਤੋਂ ਜਿਹੜੇ ਨੌਜਵਾਨ ਬੋਲੇ ਉਹਨਾਂ ਨੇ ਕਿਤੇ ਗਰਮੀ ਵੀ ਬੋਲੇ, ਕਿਤੇ ਠੰਡੇ ਵੀ ਬੋਲੇ, ਕਿਤੇ ਸਿਆਸੀ ਵੀ ਬੋਲੇ, ਜਾਂ ਕਿਤੇ ਹਰ ਪ੍ਰਕਾਰ ਦੇ ਉੱਤੇ ਬੁਲਾਰੇ ਹੈਗੇ ਸੀਗੇ ਜੀ। ਲੇਕਿਨ ਕਿਸੇ ਨੇ ਵੀ ਇੱਕ ਬੰਦੇ ਜਿਹੜਾ ਜਗਦੀਪ ਸਿੰਘ ਜਲਵੇੜਾ ਸੀ, ਉਸ ਬੰਦੇ ਨੇ ਜਿਹੜਾ ਤੁਹਾਨੂੰ ਪਤਾ ਨਾ, ਉਹ ਨਵਦੀਪ ਸਿੰਘ ਜਿਹਨੇ ਉਹ ਉਦੋਂ ਕੈਨਲ ਮੋਰੀ ਸੀਗੀ, ਚੜ੍ਹ ਕੇ ਗੱਡੀ ਦੇ ਉੱਤੇ ਪਾਣੀ ਵਾਲੀ,
ਉਹਨੇ ਇੰਨੀ ਗੱਲ ਕਿਹਾ ਵੀ ਸਾਨੂੰ ਸਰਕਾਰ ਕੇਂਦਰ ਸਰਕਾਰ ਦੀ ਤੇ ਬਿਲਕੁਲ ਵਿਸ਼ਵਾਸ ਨਹੀਂ ਵੀ ਸਾਡੇ ਨਾਲ ਇਹ ਇਨਸਾਫ ਕਰੂਗੀ, ਇਸ ਕਰਕੇ ਸਾਨੂੰ ਆਪਣੇ ਪ੍ਰਬੰਧ ਆਪ ਕਰਨੇ ਚਾਹੀਦੇ ਕਰਨੇ ਪੈਣਗੇ। ਹੁਣ ਆ ਜਾਓ ਸੁਖਵੀਰ ਸਿੰਘ ਤੇ ਜੀ। ਸੁਖਵੀਰ ਸਿੰਘ ਕੀ ਕਹਿੰਦਾ ਫਿਰ? ਵੇਖੋ ਸੁਖਵੀਰ ਸਿੰਘ ਬਾਦਲ ਨੇ ਵੀ ਕੱਲ ਉੱਥੇ ਆਪਣੀ ਰੈਲੀ ਕੀਤੀ ਜੀ। ਉਹਨਾਂ ਕੋਲ ਤੇ ਪੁਰਾਣੀਆਂ ਗੱਲਾਂ ਉਹੀ ਨੇ ਜੀ। ਉਹਨਾਂ ਨੇ ਪਹਿਲੀ ਗੱਲ ਤੇ ਆ ਵੀ ਜਿਹੜਾ ਸਾਡੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਵੀ ਇਹ ਦੱਸਣ ਕੁਰਬਾਨੀ ਕੀ ਆ, ਨਾਂ ਨੀ ਲਿਆ ਉਹਨਾਂ ਨੇ। ਹਾਂਜੀ, ਅੰਮ੍ਰਿਤਪਾਲ ਤੇ ਸਰਬਜੀਤ ਤੇ ਵਰੇ ਇਹਨਾਂ ਨੇ ਕੀ ਕੀਤਾ, ਇਹਨਾਂ ਦੀ ਕੁਰਬਾਨੀ ਕੀ। ਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਵੀ ਨਾ ਤੇ ਲੀਡਰ ਰੱਖ ਰੁੱਤ ਬਣ ਜਾਂਦਾ ਤੇ ਨਾ ਪਾਰਟੀਆਂ ਰੱਖ ਰੁੱਤ ਬਣ ਜਾਂਦੀਆਂ ਜੀ। ਲੀਡਰ ਬਣਨ ਵਾਸਤੇ ਵੀ ਸਮਾਂ ਲੱਗਦਾ ਤੇ ਪਾਰਟੀਆਂ ਬਣਨ ਵਾਸਤੇ ਵੀ ਸਮਾਂ ਲੱਗਦਾ ਜੀ। ਉਹ ਕਹਿੰਦੇ ਜਿਸ ਤਰੀਕੇ ਨਾਲ ਤੁਸੀਂ ਇਹ ਲੋਕ ਆਪਣੇ ਆਪ ਨੂੰ ਅੱਗੇ ਆ ਕੇ ਸਮਝਦੇ ਨੀ ਵੀ ਅਸੀਂ ਸਭ ਕੁਛ ਹੈਗੇ, ਅਸੀਂ ਸਭ ਕੁਛ ਕਰ ਰਹੇ ਹਾਂ ਜੀ। ਇਹਨਾਂ ਦਾ ਪਿਛੋਕੜ ਪਹਿਲਾਂ ਵੇਖੋ, ਪਿਛੋਕੜ ਇਹਨਾਂ ਦਾ ਕੀ ਰਿਹਾ। ਹਾਂਜੀ, ਚਲੋ ਖੈਰ, ਸੁਖਬੀਰ ਸਿੰਘ ਬਾਦਲ ਨੇ ਗੱਲਾਂ ਤੋਂ ਉਹੀ ਕੀਤੀਆਂ ਜੋ ਆਮ ਤੌਰ ਤੇ ਕਰਦੇ ਨੇ ਵੀ ਸਾਡੇ ਮੇਰੇ ਫਾਦਰ ਨੇ ਇੰਨੀ ਕੈਦ ਕੱਟੀ, ਅਸੀਂ ਆਹ ਕੀਤਾ, ਅਸੀਂ ਇੱਥੇ ਸੈਂਟਰ 'ਚ ਗਏ, ਅਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ। ਲੇਕਿਨ ਕੱਲ ਜਿਹੜਾ ਬਕਾਇਦਾ ਤੌਰ ਤੇ ਗੁਰਦੀਪ ਸਿੰਘ ਖੇੜੇ ਦੇ ਆ ਕੇ ਉਹਨਾਂ ਦੀ ਸਟੇਜ ਤੋਂ ਜਿਸ ਤਰੀਕੇ ਨਾਲ ਉਹਨਾਂ ਦਾਦੂਵਾਲ ਨੂੰ, ਭਾਈ ਜਸਵੀਰ ਸਿੰਘ ਰੋਡੇ ਨੂੰ, ਬਕਾਇਦਾ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਨੂੰ, ਇਕਬਾਲ ਸਿੰਘ ਲਾਲਪੁਰਾ ਨੂੰ ਤੇ ਭਾਈ ਭਾਈ ਅੰਮ੍ਰਿਤਪਾਲ ਨਾਂ ਨੀ ਲਿਆ, ਬਾਕੀ ਦਾ ਨਾਂ ਲੈ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਸੀ ਪਾਣੀ ਪੀ ਪੀ ਕੇ ਕੋਸਿਆ ਉਹਨਾਂ ਨੇ ਜੀ। ਉਹ ਕਹਿੰਦੇ ਵੀ 2016 ਤੱਕ ਮੈਂ 24-25 ਸਾਲ ਦੀ ਜੇਲ੍ਹ ਕੱਟ ਲਈ ਸੀਗੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਮੈਂ ਕਰਨਾਟਕਾ ਤੋਂ ਇੱਥੇ ਆ ਸਕਾਂ ਤੇ ਮੈਨੂੰ ਪਹਿਲੀ ਵਾਰੀ ਪਰੋਲ ਮਿਲੀ ਜੀ। ਪਰੋਲ ਮਿਲ ਤੇ ਮੈਂ ਆਪਣੀ ਸ਼ਾਦੀ ਵੀ ਕਰਾਈ। ਸ਼ਾਦੀ ਕਰਾਉਣ ਤੋਂ ਬਾਅਦ ਜਦੋਂ ਮੀਂਹ ਪੈਂਦਾ ਸੀ ਸਾਡੇ ਕੋਠੇ 'ਚ ਆਉਂਦੇ ਸੀ, 2016 ਤੱਕ ਵੀ ਸਾਡੇ ਕੋਠੇ ਕੱਚੇ ਸੀ ਜੀ। ਤੇ ਆਹ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਕਹਿੰਦੇ ਅਸੀਂ ਖਾਲਿਸਤਾਨੀ ਆ ਤੇ ਲੱਖ ਲੱਖ ਰੁਪਏ ਦੀਆਂ ਚਿੱਠੀਆਂ ਇੱਕ ਵਿਸ਼ੇਸ਼ ਲੀਡਰ ਕੋਲ ਲੈ ਕੇ ਬਕਾਇਦਾ ਤੌਰ ਤੇ ਜੋ ਉੱਥੇ ਸਾਡੇ ਨਾਲ ਤੇ ਪੈਸੇ ਇਕੱਠੇ ਕਰ ਰਹੇ ਆ, ਕਿਹੜੇ ਬੰਦੀ ਸਿੰਘ ਦੀ ਮਦਦ ਕੀ ਦੱਸ ਦੇਣ ਜੀ। ਮੇਰੇ ਘਰ ਵੇਖੋ ਜਿਹੜੇ ਬੰਦੇ ਨੂੰ ਅਸੀਂ ਜਿਤਾਇਆ ਸੀਗਾ ਮਾਲ ਨੂੰ, ਇਹਨੇ ਕੀ ਸਾਡਾ ਸਵਾਰਿਆ 1 ਲੱਖ ਰੁਪਇਆ ਕਹਿੰਦਾ ਇੱਕ ਚਿੱਠੀ ਦਾ ਲੈਂਦਾ, ਜਿਹੜੇ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਪੋਲੀਟੀਕਲ ਅਸਾਈਲਮ ਦਵਾਉਣੀ। ਇਸ ਕਰਕੇ ਉਹ ਕਹਿੰਦੇ ਆ ਜੀ ਇਹ ਜੋਕਰ ਹੋ ਰਿਹਾ, ਗਲਤ ਹੋ ਰਿਹਾ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਨੀ ਲਿਆ। ਉਹਨਾਂ ਕਿਹਾ ਜੀ ਮੇਰੀ ਮਾਤਾ ਪਿੰਡ ਦੇ ਵਿੱਚ ਹਰ ਸਾਲ ਹਰ ਪੰਚਾਇਤ ਵਾਲੀ ਪੰਚਾਇਤ ਮਰਦੀ ਤੇ ਇਹਦਾ ਕੀ ਸਾਜਿਸ਼ ਕਰਕੇ ਉਹਨੂੰ ਰੋਕਿਆ, ਉਹ ਬਣਦੀ ਸੀ ਉਹਦਾ ਫਾਇਦਾ। ਮੈਨੂੰ ਇਹ ਸੀ ਜਦੋਂ ਮੇਰੇ ਕਾਗਜ਼ ਆਉਂਦੇ ਸੀ ਜੇ ਕੋਈ ਹੋਰ ਸਾਈਨ ਨਹੀਂ ਸੀ ਕਰਦਾ, ਮੇਰੀ ਮਾਤਾ ਸਾਈਨ ਕਰਕੇ ਮੋਹਰ ਲਾ ਕੇ ਭੇਜ ਦਿੰਦੀ ਸੀ, ਮੈਂ ਮੈਂਬਰ ਪੰਚਾਇਤ ਜੀ। ਹੁਣ ਉਹਨਾਂ ਨੇ ਆਪਣਾ ਜਿਹੜਾ ਪੂਰਾ ਬੁੱਕ ਬੁਕਾਲ ਕੱਢਿਆ ਤੇ ਉਹਨਾਂ ਨੇ ਕਿਹਾ ਵੀ ਮਨਜਿੰਦਰ ਸਿੰਘ ਸਿਰਸਾ ਮੇਰੀ ਘਰਵਾਲੀ ਨੂੰ ਫੋਨ ਕਰਦਾ ਜੀ, ਕਹਿੰਦਾ ਬੀਬੀ ਜੀ ਮੈਂ ਜਥੇਦਾਰ ਸਾਹਿਬ ਨੂੰ ਮਿਲਣਾ। ਕਹਿੰਦੀ ਮਿਲ ਲਓ ਜੇਲ੍ਹ 'ਚ ਆਓ, ਤੇ ਜੇਲ੍ਹ 'ਚ ਮੇਰੇ ਕੋਲ ਨਹੀਂ ਆਉਂਦਾ ਤੇ ਬਾਅਦ ਦੇ ਵਿੱਚ ਮੈਨੂੰ ਇਹਦਾ ਫੋਨ ਆਉਂਦਾ ਤੇ ਮੈਂ ਇਹਨੂੰ ਗੁੱਸਾ ਬੜਾ ਸੀ ਇਹਦੇ ਉੱਤੇ ਵੀ ਇਹ ਟਾਹਰਾਂ 'ਚ ਬੜੀਆਂ ਮਾਰਦਾ ਵੀ ਮੈਂ ਮੋਦੀ ਦੇ ਬਹੁਤ ਨੇੜੇ, ਮੈਂ ਸੱਜਾ ਲਪਟਾਣੇ, ਮੈਂ ਖੱਬਾ ਲਪਟਾਣੇ, ਮੈਂ ਫਲਾਣ ਮੈਂ ਢੀਂਗ ਹਾਂ। ਇਹਨੇ ਸਵਾਰਿਆ ਸਾਡਾ ਜੀ, ਮੈਂ ਕਿਹਾ ਸਰਸਰ ਸਾਹਿਬ ਕਾਹਦੇ ਵਾਸਤੇ ਮਿਲਣਾ ਤੁਸੀਂ ਮੈਨੂੰ ਦੱਸੋ, ਦੱਸੋ ਮੈਂ ਤੁਹਾਡੀ ਸਪੋਰਟ ਨਹੀਂ ਕਰ ਸਕਦਾ, ਮੈਂ ਮੋਦੀ ਦੀ ਸਪੋਰਟ ਨਹੀਂ ਕਰ ਸਕਦਾ, ਇਸ ਕਰਕੇ ਤੁਸੀਂ ਨਾ ਹੀ ਮਿਲੋ ਮੈਨੂੰ ਚੰਗੀ ਗੱਲ। ਉਹ ਕਹਿੰਦਾ ਜਿਹੜੇ ਸਾਡੇ ਜਸਵੀਰ ਸਿੰਘ ਰੋਡੇ ਸੀਗੇ
1988 ਦੇ ਵਿੱਚ ਜਿਹੜਾ ਦੁਪਹਿਰ ਬਕਾਇਦਾ ਤੌਰ ਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਉਹ ਇਹਨਾਂ ਦੀ ਦੇਣ ਸੀ ਜੀ। ਉਹ ਬੰਦੇ ਇਹਨਾਂ ਦੇ ਅੰਦਰ ਬੈਠੇ ਸੀ ਤੇ ਹਰਿਮੰਦਰ ਸਾਹਿਬ ਦੇ ਵਿੱਚ ਸੱਚਖੰਡ ਦੇ ਵਿੱਚ ਜਿਹੜਾ ਉੱਥੇ ਕੜਾਹ ਪ੍ਰਸ਼ਾਦ ਦੇ ਭਾਂਡੇ ਸੀ ਜਿਹੜਾ ਗੰਦ ਇਹਨਾਂ ਨੂੰ ਚਪਾਇਆ ਸੀਗਾ ਜੀ ਉਹ ਵੀ ਸਾਰਿਆਂ ਨੂੰ ਪਤਾ। ਜਿਹੜੀ ਹਰਕੀ ਪੌੜੀ ਜਿਹੜੀ ਸੀ ਪਵਿੱਤਰ ਮੰਨਦੇ ਉਹ ਤੋਂ ਗੰਦੇ ਹੱਥ ਉੱਤੇ ਸੀ ਉਹਨਾਂ ਲੋਕਾਂ ਦੇ ਇਹਦੇ ਬੰਦੇ ਸੀ ਰੋਡੇ ਦੇ ਤੇ ਰੋਡਿਆਂ ਦੇ ਤੇ ਕਰਦੇ ਸੀਗੇ ਅੰਦਰ ਵਾੜੇ ਸੀ ਬੰਦੇ ਤੇ ਕਿਹੜਾ ਚਾਹੀਦਾ ਕੰਮ ਕਿਹੜੇ ਸਿੱਖ ਨੂੰ ਚਿੱਠੀ ਨੀ ਪਾਈ ਇਹਨਾਂ ਪੈਸੇ ਨੇ ਪਹੁੰਚਾਉਣ ਤੇ ਪਰਿਵਾਰ ਡਾ ਦਿਆਂਗੇ ਤੁਹਾਡਾ ਸੀ ਕਹਿੰਦੇ ਬਕਾਇਦਾ ਤੌਰ ਤੇ ਆਪਣੀ ਸਾਹਟ ਲਿਆ ਕੇ ਉੱਥੇ ਦੀ ਲੋ ਜਾਂਦੇ ਸੀ ਖੋਲੋ ਜੀ ਗੋਲਕ ਤੇ ਗੋਲਕ ਜਿੰਨੇ ਥੋੜੇ ਵਾਲੇ ਪੈਸੇ ਹੁੰਦੇ ਜੀ ਪੰਡ ਬੰਨ ਕੇ ਜਾਂ ਗਾਂਹ ਜਾਂਦੇ ਸੀ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੱਥ ਮਲਦੀ ਰਹਿ ਜਾਂਦੀ ਸੀ ਜੀ ਉਹਨਾਂ ਕੋਲ ਤਨਖਾਹਾਂ ਦੇਣੀਆਂ ਮੁਸ਼ਕਲ ਹੋਈਆਂ ਸੀ। ਕਹਿੰਦਾ ਦਾਦੂਵਾਲ ਜਿਹੜਾ ਵਾ ਦਾਦੂਵਾਲ ਦੀ ਕੀ ਦੇਣ ਹੈਗੀ ਹੈ ਸਭ ਇਹਨੇ ਕਿਹੜਾ ਚਾਹੀਦਾ ਕੰਮ ਕੀਤਾ ਜੇ ਇਹਦੇ ਇਹਦੇ ਖੋਲੀਏ ਪਰਦੇ ਤੇ ਫਿਰ ਵੀ ਕਈ ਕੁਛ ਨਿਕਲ ਆਊਗਾ। ਇਕਬਾਲ ਸਿੰਘ ਲਾਲਪੁਰੇ ਕੋਲੇ ਮੈਂ ਗਿਆ ਵੀ ਇਹ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਸਾਡੀ ਘੱਟ ਗਿਣਤੀ ਸ਼ਾਇਦ ਗੱਲ ਸੁਣ ਲੈਣ ਕਹਿੰਦਾ ਮੈਂ ਇਕਬਾਲ ਸਿੰਘ ਨੂੰ ਜਾ ਕੇ ਇੰਨੀ ਗੱਲ ਕਹੀ ਵੀ ਸਰਦਾਰ ਇਕਬਾਲ ਸਿੰਘ ਜੀ ਅੱਜ ਤੁਸੀਂ ਬੜੇ ਵੱਡੇ ਅਹੁਦੇ ਤੇ ਬੈਠੇ ਹੋ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਾ ਲਓ ਚੰਗੀ ਗੱਲ ਹੈ ਤੱਕੋ ਉਹ ਗੱਲ ਕਹਿੰਦਾ ਕਿ ਵਿਕਾਸ ਦੀ ਗੱਲ ਕਰੋ ਬੰਦੀ ਸਿੰਘਾਂ ਦੀ ਗੱਲ ਮੇਰੇ ਕੋਲ ਨਾ ਕਰੋ ਨਾ ਕਰੋ ਤੇ ਜਿਹੜੇ ਕਹਿੰਦੇ ਕੱਲ ਆਏ ਨੇ ਬਾਹਰ ਅੱਜ ਲੀਡਰ ਬਣੇ ਫਿਰਦੇ ਨੇ ਤੇ ਉਹ ਲੀਡਰ ਨਹੀਂ ਬਣੇ ਫਿਰਦੇ ਉਹ ਲੋਕਾਂ ਨੂੰ ਗੁੰਮਰਾਹ ਕਰਨਗੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਉਹਨਾਂ ਕਹਿੰਦੇ ਜੀ। ਇਸ ਕਰਕੇ ਉਹ ਜਿਹੜਾ ਟਾਈਮ ਦੇਣਾ 37 ਮਿੰਟ ਇਕੱਲੇ ਬਕਾਇਦਾ ਤੌਰ ਤੇ ਭਾਈ ਗੁਰਦੀਪ ਸਿੰਘ ਖੇੜਾ ਨੂੰ ਦਿੱਤੇ ਤੇ ਉਹਨੇ ਬਾਦਲ ਪਰਿਵਾਰ ਦੀਆਂ ਜਿਹੜੀਆਂ ਘੋੜੀਆਂ ਗਾਈਆਂ ਬਾਦਲ ਪਰਿਵਾਰ ਮਜੀਠੀਆ ਪਰਿਵਾਰ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਦੀਆਂ ਘੋੜੀਆਂ ਗਾਈਆਂ ਕਿਹਾ ਇਹਨਾਂ ਨਾਲ ਲੀਡਰ ਨਾ ਜੰਮਿਆ ਤੇ ਨਾ ਜੰਮਣਾ ਇਹਦੇ ਲੀਡਰੀ ਪੰਥ ਦੇ ਅਸਲੀ ਇਹਨੇ ਬਾਕੀ ਟਾਈਮ ਤੁਰੇ ਫਿਰਦੇ ਨੇ ਹੈ ਚਲੋ ਉਹਨਾਂ ਦੀ ਕੋਈ ਮਜਬੂਰੀ ਹੋਊਗਾ ਆਪਾਂ ਇਹਦੇ ਚੋਂ ਕੀ ਲੈਣਾ ਲੇਕਿਨ ਇਹ ਆ ਵੀ ਜੋ ਕੁਛ ਉਹਨਾਂ ਕਿਹਾ ਅਸੀਂ ਆਪਣੇ ਸਰੋਤਿਆਂ ਦੇ ਜਿਹੜੇ ਅਸੀਂ ਸਨਮੁਖ ਕਰ ਦਿੱਤਾ ਤੇ ਫੈਸਲਾ ਸਰੋਤਿਆਂ ਨੇ ਕਰਨਾ ਸੀ ਉਹਨਾਂ ਕਿਹੜੇ ਪਾਸੇ ਜਾਣਾ ਜੀ। ਤੇ ਇਹ ਕਿਹਨੇ ਕਿਹਾ ਜੀ ਵੀ ਸੁਖਬੀਰ ਸਿੰਘ ਗੱਦੀ ਛੱਡ ਦੇ ਨਹੀਂ ਤਾਂ ਲੋਕ ਭੈੜੀ ਕਰਨਗੇ ਗੱਦੀ ਤੋਂ ਲਾਹ ਵੇਖੋ ਇਹ ਸੁੱਚਾ ਸਿੰਘ ਛੋਟੇਪੁਰ ਨੇ ਸੁੱਚਾ ਸਿੰਘ ਛੋਟੇਪੁਰ ਅੱਜ ਬੋਲ ਰਹੇ ਸੀਗੇ ਸੰਤ ਲੌਂਗੋਵਾਲ ਦੀ ਬਰਸੀ ਦੇ ਉੱਤੇ ਠੀਕ ਹੈ ਜੀ। ਲੌਂਗੋਵਾਲ ਦੇ ਵਿੱਚ ਵੀ ਇਹ ਸੁਣ ਚ ਆਇਆ ਵੀ ਅਕਾਲੀ ਦਲ ਦਾ ਇਕੱਠ ਛੋਟਾ ਸੀਗਾ ਤੇ ਬਾਗੀਆਂ ਦਾ ਇਕੱਠ ਵੱਡਾ ਸੀ। ਸੁੱਚਾ ਸਿੰਘ ਛੋਟੇਪੁਰ ਨੇ ਵੀ ਇਹ ਕਿਹਾ ਵੀ ਵੇਖੋ 2015 ਤੋਂ ਬਾਅਦ ਜਿਹੜੀ ਗਿਰਾਵਟ ਆਈ ਆ ਬਕਾਇਦਾ ਤੌਰ ਤੇ ਸਾਡੀ ਪੰਥਕ ਸਫਾ ਦੇ ਵਿੱਚ ਉਹਨੇ ਸਾਡੀ ਅੱਜ ਇਹ ਹਾਲਤ ਕਰਤੀ ਆ ਵੀ ਅਸੀਂ 15 ਤੋਂ 3 ਤੇ ਆ ਗਏ ਤੇ 3 ਤੋਂ ਉਹਨੇ 1 ਤੇ ਆ ਗਏ ਸੀ ਤੇ ਜੇ ਅਸੀਂ ਬਕਾਇਦਾ ਤੌਰ ਤੇ ਸਰਵਾਈਵ ਕਰਨਾ ਵਾ ਪੰਥਕ ਸਫਾ ਨੂੰ ਤੇ ਫਿਰ ਸਾਨੂੰ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਇੰਪਲੀਮੈਂਟ ਕਰਨਾ ਉਹ ਕਹਿੰਦੇ ਜਿਹਨਾਂ ਨੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੇ ਜਿਹੜੇ ਆਦੇਸ਼ ਕੀਤੇ ਗਏ ਉਹਨਾਂ ਲੋਕਾਂ ਨੂੰ ਕਾਲ ਤਖ਼ਤ ਤੋਂ ਮਾਫ਼ੀਆਂ ਦਵਾਈਆਂ ਗਈਆਂ ਉਹਨਾਂ ਨੂੰ ਫਿਰ ਨਿਰਦੋਸ਼ ਸਾਬਤ ਕਰਨ ਲਈ ਬਕਾਇਦਾ ਤੌਰ ਤੇ ਇਸ਼ਤਿਹਾਰ ਦਿੱਤੇ ਗਏ ਸ਼੍ਰੋਮਣੀ ਕਮੇਟੀ ਦੀ ਗੋਲ ਵਿੱਚੋਂ ਤੇ ਫਿਰ ਮਾਫ਼ੀਆਂ ਰੱਦ ਵੀ ਕਮਾਈਆਂ ਕਿਹੜਾ ਚਾਹੀਦਾ ਕੰਮ ਕੀਤਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਅਕਾਲੀ ਦਲ ਨਹੀਂ ਸੀ ਰਹਿ ਗਿਆ ਜੀ। ਉਹ ਕਹਿੰਦੇ ਟੌਣਾ ਸਾਹਿਬ ਤੇ ਲੌਂਗੋਵਾਲ ਸਾਹਿਬ ਜੀ
ਦੋ ਇਹੋ ਜਿਹੇ ਲੀਡਰ ਸਨ, ਇਹ ਬਕਾਇਦਾ ਤੌਰ ਤੇ ਬੋਲਦੇ ਸੀ, ਸੈਂਟਰ ਹਿਲਦਾ ਸੀਗਾ, ਬਿਲਕੁਲ ਹਿਲਦਾ ਸੀ ਬਿਲਕੁਲ। ਤੇ ਜਦੋਂ ਸੈਂਟਰ ਕੋਲ ਕਈ ਵਾਰੀ ਉਹ ਬੰਦੇ ਆਪਣੇ ਭਜਾਉਂਦੇ ਸੀ, ਜਾਓ ਜਾ ਕੇ ਮਿਲ ਕੇ ਪੁੱਛੋ ਟੋੜਾ ਸਾਹਿਬ ਕੀ ਗੱਲ ਹੋ ਗਈ, ਇੰਨੇ ਸਖ਼ਤ ਬਿਆਨ ਤੁਸੀਂ ਕਿਉਂ ਦਿੱਤਾ ਜੀ, ਉਹਨਾਂ ਦੀ ਆਖੀ ਮੰਨੀ ਜਾਂਦੀ ਸੀ। ਤੇ ਅੱਜ ਕਹਿੰਦਾ ਜੀ 26-26 ਲੱਖ ਜਿਹੜੇ ਦਸਖਤ ਕਰਾ ਕੇ ਲੋਕਾਂ ਦੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿਰ ਤੇ ਪੰਡ ਚੁੱਕੀ ਫਿਰਦਾ, ਤੇ ਉਹਨੂੰ ਜ਼ਿਲ੍ਹੇ ਦਾ ਡੀਸੀ ਮਿਲਣ ਲਈ ਤਿਆਰ ਨਹੀਂ ਹੈਗਾ। ਚੰਡੀਗੜ੍ਹ ਤੇ ਦਿੱਲੀ ਦੇ ਲੀਡਰ ਚ ਵੱਖਰੀ ਗੱਲ, ਉਹ ਸਿਰਫ ਕਿਰਦਾਰ ਦੀ ਗੱਲ, ਜੋ ਉਹਨਾਂ ਦਾ ਕਿਰਦਾਰ ਸੀ ਉਹ ਕਿਰਦਾਰ ਸਾਡੇ ਚ ਅੱਜ ਨਹੀਂ ਰਿਹਾ। ਕਹਿੰਦਾ ਅਕਾਲੀ ਦਲ ਦੀ ਗੱਲ ਕਰ ਲਓ, ਕਹਿੰਦਾ ਅਕਾਲੀ ਦਲ ਦੇ ਉਹ ਗੱਲ ਬਣ ਗਈ, ਮਾਵਾਂ ਧੀਆਂ ਗਾਉਣ ਵਾਲੀਆਂ ਤੇ ਪਿਓ ਪੁੱਤ ਜਾਂਜੀ ਨਨਾਣ ਭਰਜਾਈ ਤੇ ਜੀਜੇ ਸਾਲੇ ਦੀ ਪਾਰਟੀ ਬਣ ਕੇ ਰਹਿ ਗਈ ਅੱਜ ਦਾ ਅਕਾਲੀ ਦਲ ਜੀ। ਤੇ ਜਿਹੜਾ ਅੱਜ ਕਹਿੰਦਾ ਚੰਦੂ ਮਾਜਰਾ ਵੀ, ਜਿਹੜਾ ਅੱਜ ਕਹਿੰਦਾ ਵੀ ਮਜੀਠੀਆ ਵੀ ਭਾਈ ਆ ਜਿਹੜੇ ਬਾਗੀ ਤੁਰੇ ਫਿਰਦੇ ਇਹਨਾਂ ਬੜਾ ਬੇੜਾ ਗਰ ਕੀਤਾ, ਦੱਸਣ ਦੀ ਕੁਰਬਾਨੀ ਕੀ ਹੈ? ਉਹ ਕਹਿੰਦੇ ਤੂੰ ਦੱਸ ਤੇਰੀ ਕੁਰਬਾਨੀ ਕੀ ਹੈ? ਚੰਦੂ ਮਾਜਰਾ ਸਾਹਿਬ ਨੇ ਜੇਲ੍ਹ ਕੱਟੀ ਆ, ਢੀਂਡਸਾ ਸਾਹਿਬ ਨੇ ਗਿਰ ਚੱਲੀ ਆ, ਮੈਂ ਜੇਲ੍ਹ ਕੱਟੀ ਆ, ਬਹੁਤ ਜੇਲ੍ਹ ਕੱਟਣੇ ਬੈਠੇ ਨੇ, ਤੇਰੀ ਕੁਰਬਾਨੀ ਕੀ, ਤੂੰ ਕਿਹਨੂੰ ਸੁਣਾਉਣ ਡਿਆ ਵਾ? ਤੁਹਾਡੀ ਕੁਰਬਾਨੀ ਆਪਣਾ ਪਿਛੋਕੜ ਫਰੋਲੋ, ਤੁਹਾਨੂੰ ਦੱਸਣ ਦੀ ਲੋੜ ਨੀ ਪਈ ਹੈਗੀ। ਉਹਨਾਂ ਨੇ ਕਿਹਾ ਸੁਖਬੀਰ ਸਿੰਘ ਜਾ ਤੇ ਆਪਣੀ ਚੁੱਪ ਚਪੀਤੇ ਕਰਕੇ ਆਪਣੀ ਗੱਦੀ ਛੱਡ ਦੇ, ਨਹੀਂ ਤੇ ਪੰਜਾਬ ਦੇ ਲੋਕ ਬੜੇ ਭੈੜੇ ਹੀ ਧੂ ਕੇ ਲਾ ਦਿੰਦੇ ਹੁੰਦੇ। ਇਸ ਕਰਕੇ ਇਹ ਸੁੱਚਾ ਸਿੰਘ ਛੋਟਾਪੁਰ ਦੇ ਕਾਫੀ ਸਖ਼ਤ ਸ਼ਬਦ ਸੀਗੇ ਅੱਜ ਬਕਾਇਦਾ ਤੌਰ ਤੇ ਜਿਹੜੇ ਉਹਨਾਂ ਨੇ ਕਹਿ ਲਏ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ, ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀ ਹੋਣੀ, ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਮੇਨ ਹੈ ਜੀ ਤਾਂ ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ। ਹੈਲੋ, ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ। ਤੁਹਾਡੀ ਆਵਾਜ਼ ਕੱਟੀ ਜਾ ਰਹੀ, ਆਵਾਜ਼ ਨਹੀਂ ਆ ਰਹੀ। ਮੈਂ ਕਿਹਾ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਮਾਫ਼ੀ ਮੰਗੀ ਹੈ, ਕੀ ਐਕਚੁਅਲੀ ਬੇਸਿਕਲੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦੇ ਨੇ ਜੀ, ਉਹਨਾਂ ਇੱਕ ਸਿੱਖ ਕੋਲ ਮਾਫ਼ੀ ਮੰਗੀ ਹੈ। ਮੈਂ ਪਹਿਲਾਂ ਵੀ ਇੰਨੀ ਗੱਲ ਕਹੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੀ ਸਾਈਕੀ ਨੂੰ, ਪੰਜਾਬ ਦੇ ਲੋਕਾਂ ਨੂੰ, ਸਿੱਖ ਜਿਮ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ। ਦਾਨੇ ਵਾਲੀਏ ਸਾਹਿਬ, ਇਸੇ ਮੰਚ ਤੋਂ ਆਪਾਂ ਇਹ ਗੱਲ ਕਹਿੰਦੇ ਰਹੇ ਸਰ ਵੀ ਪ੍ਰਧਾਨ ਮੰਤਰੀ ਸਾਹਿਬ ਉਹ ਗਲਤੀ ਕਦੀ ਨਹੀਂ ਕਰਨਗੇ ਜਿਹੜੀ ਇੰਦਰਾ ਗਾਂਧੀ ਨੇ ਗਲਤੀਆਂ ਕੀਤੀਆਂ। ਕਿਸਾਨੀ ਮੋਰਚੇ ਦੀ ਗੱਲ ਜਦ ਚੱਲਦੀ ਸੀ, ਕਿਸਾਨੀ ਮੋਰਚੇ ਦੇ ਦੌਰਾਨ ਦਰਸ਼ਨ ਸਿੰਘ ਧਾਰੀਵਾਲ ਇੱਕ ਸਿੱਖ ਨੇ ਸਾਡੇ ਅਮਰੀਕਾ ਦੇ, ਜਦੋਂ ਆਪਣੀ ਭਤੀਜੀ ਦੀ ਸ਼ਾਦੀ ਦੇ ਵਿੱਚ ਆਉਂਦੇ ਨੇ ਤੇ ਦਿੱਲੀ ਏਅਰਪੋਰਟ ਤੇ ਉਹਨੂੰ ਰੋਕ ਲਿਆ ਜਾਂਦਾ, ਦਿੱਲੀ ਏਅਰਪੋਰਟ ਤੇ ਰੋਕ ਕੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ, ਤੇ ਉਹਨਾਂ ਨੂੰ ਜਿਹੜੀ ਜਾ ਕੇ ਇੱਕ ਟੀਮ ਮਿਲਦੀ ਅਫਸਰਾਂ ਦੀ, ਹਾਲੀ ਕਿ ਉਹ ਸਰਦਾਰ ਪ੍ਰਤਾਪ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਸੀ,
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਚਿੱਠੀ ਵੀ ਲਿਖੀ। ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸੀਗੀ ਜੀ, ਉਹਨਾਂ ਵੀ ਚਿੱਠੀ ਲਿਖੀ ਵੀ ਇਹ ਬੰਦਾ ਤੇ ਇਹ ਬੰਦੇ ਦਾ ਕਸੂਰ ਹੀ ਕੋਈ ਨੀ ਕਿਸੇ ਗੱਲ ਦਾ ਹੈਗਾ ਜੀ, ਇਹਨੂੰ ਆਉਣ ਦਿਓ। ਪਰ ਉਹਨੂੰ ਰੋਕ ਲਿਆ ਗਿਆ। ਰੋਕਿਆ ਕਿਉਂ ਸੀਗਾ? ਰੋਕਿਆ ਇਸ ਕਰਕੇ ਸੀਗਾ ਕਿ ਉਹ ਮੀਰ ਸਿੱਖ ਆ, ਉਹਦੇ 1000 ਦੇ ਕਿਲੋ ਪੈਟਰੋਲ ਪੰਪ ਜਿਹੜੇ ਅਮਰੀਕਾ ਦੇ ਵਿੱਚ ਜੀ, ਤੇ ਉਹਨਾਂ ਨੇ ਇੱਥੇ ਲੰਗਰ ਲਾਇਆ ਸੀ ਜਿਹੜਾ ਸਾਡੇ ਮੋਰਚਾ ਲੱਗਾ ਸੀ ਨਾ ਸਿੰਘੂ ਬਾਰਡਰ ਤੇ, ਉੱਥੇ ਇੱਕ ਬੜਾ ਵੱਡਾ ਲੰਗਰ ਲਾਇਆ ਸੀ। ਉਹਨੇ 2.5 ਕਰੋੜ ਰੁਪਏ ਸਾਡਾ ਖਰਚ ਆਇਆ ਸੀ ਉਹਦੇ ਤੇ ਜੀ। ਇਹਨਾਂ ਨੇ ਲੰਗਰ ਲਾਇਆ ਸੀ ਤੇ ਉਹ ਸਰਕਾਰ ਨੂੰ ਬੜਾ ਚੁਭਦਾ ਸੀ ਕਿ ਇਹ ਮਦਦ ਕਰ ਰਹੇ ਨੇ ਉਹਨਾਂ ਦੀ ਜੀ। ਉਹਦੇ ਵਿੱਚ ਇੱਕ ਟੀਮ ਜਾ ਕੇ ਉਹਨਾਂ ਨੂੰ ਏਅਰਪੋਰਟ ਤੇ ਮਿਲਦੀ ਆ ਜੀ। ਉਹ ਕਹਿੰਦੀ 3 ਗੱਲਾਂ ਸਾਡੀਆਂ ਹੈਗੀਆਂ ਨੇ, ਹਾਂਜੀ, ਇਹਨਾਂ ਨੂੰ ਜਿਹੜੀ ਮਰਜ਼ੀ ਸੈੱਟ ਕਰ ਲਓ ਜੀ। ਪਹਿਲੀ ਗੱਲ ਤੇ ਆ ਉਹ ਲੰਗਰ ਤੁਸੀਂ ਬੰਦ ਕਰਾ ਦਿਓ। ਕਹਿੰਦੇ ਉਹ ਤੇ ਹੋ ਨਹੀਂ ਸਕਦਾ, ਉਹ ਤੇ ਬਾਬੇ ਨਾਨਕ ਦਾ ਲੰਗਰ, ਮੇਰਾ ਤਾਂ ਲੰਗਰ ਹੈ ਹੀ ਨਹੀਂ। ਦੂਸਰੀ ਗੱਲ ਕਹਿੰਦੇ ਕਿਸਾਨਾਂ ਕਿਸਾਨਾਂ ਨਾਲ ਸਰਕਾਰ ਦਾ ਸਮਝੌਤਾ ਕਰਾ ਦਿਓ। ਕਹਿੰਦੇ ਅੱਜ ਤੱਕ ਮੇਰੀ ਕਿਸੇ ਵੀ ਕਿਸਾਨ ਆਗੂ ਨਾਲ ਕਦੀ ਗੱਲ ਨਹੀਂ ਹੋਈ। ਜਿਹੜੀ ਲੰਗਰ ਲਾਉਣ ਦੀ ਕਿਰਤਾ ਉਹ ਅਸੀਂ ਕੱਲੇ ਇੱਥੇ ਨਹੀਂ, ਦੁਨੀਆਂ ਭਰ ਚ ਕਿਤੇ ਵੀ ਤ੍ਰਾਸਦੀ ਬੈਠਦੀ ਆ ਤੇ ਸਾਡੇ ਅਸੀਂ ਆ ਕੇ ਲੰਗਰ ਰੱਖਦੇ ਉੱਥੇ ਵੀ ਆ ਛਕੋ ਤੁਸੀਂ। ਤੇ ਤੀਜਾ ਕਹਿੰਦੇ ਫਿਰ ਜੇ ਵਾਪਸ ਚਲੇ ਜਾਓ। ਸੁਰਜੀਤ ਸਿੰਘ ਰੱਖੜਾ ਦਾ ਭਰਾ ਦਰਸ਼ਨ ਸਿੰਘ ਧਾਰੀਵਾਲ ਜਿਹੜਾ ਵਾ ਆਪਣੀ ਭਤੀਜੀ ਦੀ ਸ਼ਾਦੀ ਚ ਭਾਗ ਲੈਣ ਆਉਂਦਾ, 5 ਘੰਟੇ ਉਹਨੂੰ ਖੱਜਲ ਖਵਾਰ ਕਰਾ ਕੇ ਤੇ ਵਾਪਸ ਉੱਥੇ ਜਾ ਰਹੀ ਵਾਪਸ ਭੇਜ ਦਿੱਤਾ ਜਾਂਦਾ। ਮੈਂ 2-4 ਮਹੀਨੇ ਬੀਤਦੇ ਆ ਜਦੋਂ ਸਰਕਾਰ ਨੂੰ ਅਹਿਸਾਸ ਹੁੰਦਾ ਵੀ ਭਾਈ ਤੇ ਗਲਤੀ ਹੋ ਗਈ, ਇਹ ਫਿਰ ਕੀ ਕਰਦੇ? ਸੁਰਜੀਤ ਸਿੰਘ ਰੱਖੜਾ ਆਪਣੀ ਇੰਟਰਵਿਊ ਚ ਕਹਿੰਦੇ ਨੇ ਕਿ ਮੈਨੂੰ ਇੱਕ ਫੋਨ ਆਉਂਦਾ ਪੀਐਮ ਆਫਿਸ ਤੋਂ, ਤੇ ਪੀਐਮ ਸਾਹਿਬ ਜਿਹੜੇ ਨੇ ਉਹਨਾਂ ਆਪਣੇ ਇੱਕ ਫੰਕਸ਼ਨ ਰੱਖਿਆ ਇੱਥੇ ਘਰ ਦੇ ਵਿੱਚ, ਉਹਦੇ ਵਿੱਚ ਜਿਹੜੀਆਂ ਇੰਡੀਆ ਦੇ ਡਿਗ ਜਿਹੜੀ ਪਰਸਨੈਲਿਟੀਆਂ ਕੀ 40-50 ਉਹਨਾਂ ਨੂੰ ਬੁਲਾਇਆ ਵਾ ਜੀ। ਉਹਦੇ ਵਿੱਚ ਦਰਸ਼ਨ ਸਿੰਘ ਧਾਰੀਵਾਲ ਨੂੰ ਅਸੀਂ ਬੁਲਾਉਣਾ ਚਾਹੁੰਦੇ। ਉਹ ਕਹਿੰਦੇ ਜੀ ਗੱਲ ਕਰ ਲਓ ਤੁਸੀਂ ਉਹਦੇ ਨਾਲ। ਉਹ ਕਹਿੰਦੇ ਮੈਂ ਵੀ ਗੱਲ ਕੀਤੀ, ਉਹਨਾਂ ਵੀ ਗੱਲ ਕੀਤੀ, ਦਰਸ਼ਨ ਸਿੰਘ ਨੇ ਕਿਹਾ ਠੀਕ ਮੈਂ ਆ ਜਾਊਂਗਾ। ਤੇ ਦਰਸ਼ਨ ਸਿੰਘ ਧਾਰੀਵਾਲ ਜਿਹਨੂੰ ਏਅਰਪੋਰਟ ਤੋਂ ਵਾਪਸ ਮੋੜਿਆ ਗਿਆ ਸੀ ਤੇ ਬਕਾਇਦਾ ਤੌਰ ਤੇ ਉਹਨੂੰ ਚਿੱਠੀ ਲਿਖੀ ਜਾਂਦੀ ਹੈ, ਇਨਵੀਟੇਸ਼ਨ ਭੇਜਿਆ ਜਾਂਦਾ ਵਾ, ਵੀ ਥੱਲੇ ਇੱਕ ਲਾਈਨ ਲਿਖੀ ਜਾਂਦੀ ਵੀ ਜਿਹੜੀ ਵੀ ਏਅਰਪੋਰਟ ਤੁਸੀਂ ਆਉਂਦੇ ਹੋ ਸਾਨੂੰ ਇਨਫੋਰਮ ਕਰ ਦਿਓ, ਸਾਡੀ ਬਕਾਇਦਾ ਤੌਰ ਤੇ ਕਿਵਲੀ ਤੁਹਾਨੂੰ ਲੈਣ ਜਾਏਗੀ ਉੱਥੋਂ ਏਅਰਪੋਰਟ ਜੀ। ਸਮੇਂ ਸਮੇਂ ਦੀ ਖੇਡ ਵੇਖੋ ਜੀ, ਉਹਨਾਂ ਨੂੰ ਬਕਾਇਦਾ ਤੌਰ ਤੇ ਐਜ ਏ ਸਟੇਟ ਕਿਸੇ ਤੌਰ ਤੇ ਨਾਲ ਸੀ ਕਵਿਲਰੀ ਸਪੈਸ਼ਲ ਲਾਈਨ ਆਉਂਦੀ ਹੈ ਪੀਐਮ ਆਫਿਸ ਲੈ ਕੇ ਜਾਂਦੇ। ਜਦੋਂ ਉੱਥੇ ਕਹਿੰਦੇ ਲੋਕ ਬੈਠੇ ਨੇ ਟੇਬਲ ਲੱਗੇ ਨੇ, ਅਸੀਂ ਵੀ ਟੇਬਲ ਤੇ ਬੈਠੇ ਆਪਣੇ ਕੋਲ, ਤੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹਿੰਦੇ ਭਾਈ ਆਪਣੇ ਆਪਣੇ ਟੇਬਲ ਤੇ ਬੈਠੇ ਰਹੋ, ਮੈਂ ਤੁਹਾਡੇ ਕੋਲ ਆਪ ਇੱਕ ਟੇਬਲ ਦੇਵਾਂਗਾ, ਮੈਂ ਫੋਟੋ ਵੀ ਖਿਚਾਵਾਂਗੀ ਤੇ ਗੱਲਬਾਤ ਵੀ ਜੀ। ਲੇਕਿਨ ਸਾਡੀ ਭੇਡ ਚਾਲ ਵਾਲਾ ਹੀ ਫਟਾਫਟ ਇਕੱਠੇ ਹੋ ਜਾਂਦੇ ਹੈ, ਚਲੋ ਗੱਲਾਂ ਬਾਤ ਹੋਣੀਆਂ, ਖਾਣ ਪੀਣ ਚੱਲਣਾ ਸੀਗਾ। ਉਹ ਆਪਣੇ ਓਐਸਡੀ ਨੂੰ ਕਹਿੰਦੇ ਆ ਵੀ ਦਰਸ਼ਨ ਸਿੰਘ ਧਾਰੀਵਾਲ ਨੂੰ ਬੁਲਾ ਕੇ ਰਹੋ ਕਿੱਥੇ ਜੀ। ਕਹਿੰਦੇ ਜੀ ਮੇਰੇ ਕੋਲ ਉਹਨਾਂ ਦਾ ਓਐਸਡੀ ਹੁੰਦਾ, ਕਹਿੰਦਾ ਤੁਸੀਂ ਦਰਸ਼ਨ ਸਿੰਘ ਧਾਰੀਵਾਲ ਤੇ ਮੈਂ ਜੀ ਜਿਵੇਂ ਧਾਰੀਵਾਲ, ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਬੁਲਾਉਂਦੇ। ਕਹਿੰਦੇ ਜਦੋਂ ਮੈਂ ਉਹਨਾਂ ਕੋਲ ਜਾਂਦਾ ਵਾ ਤੇ ਉੱਠ ਕੇ ਖਲੋ ਜਾਂਦੇ ਤੇ ਹੱਥ ਜੋੜ ਕੇ ਕਹਿੰਦੇ ਵੀ ਸਰਦਾਰ ਜੀ ਏਅਰਪੋਰਟ ਤੇ ਤੁਹਾਨੂੰ ਰੋਕ ਕੇ ਸਾਡੇ ਕੋਲ ਗਲਤੀ ਹੋ ਗਈ, ਮਾਫੀ ਦੇ ਦਿਓ। ਇੱਕ ਸਿੱਖ ਕੋਲੋਂ ਪ੍ਰਧਾਨ ਮੰਤਰੀ ਇਹੋ ਜਿਹੀ ਗੱਲ, ਬੜੀ ਵੱਡੀ ਗੱਲ ਜੇ ਇਹ ਗੱਲ ਸੱਚੀ ਤੇ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ। ਉਸ ਤੋਂ ਬਾਅਦ ਇੰਨੀ ਕੁ ਨੇੜਤਾ ਹੁੰਦੀ ਦਰਸ਼ਨ ਸਿੰਘ ਧਾਰੀਵਾਲ ਦੀ
ਦਰਸ਼ਨ ਸਿੰਘ ਧਾਰੀਵਾਲ ਦੀ ਅਮਰੀਕਾ ਦੇ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਰਾਸ਼ਟਰਪਤੀ ਵਿੱਚ ਚੰਗੇ ਸੰਬੰਧ ਰਹਿਣ, ਜਿਹੜਾ ਮਰਜ਼ੀ ਬਣੇ ਧਮਾਲਦਾਰ ਸਾਹਿਬ ਹੀ ਨੇ। ਉੱਥੇ ਇੱਕ ਫੰਕਸ਼ਨ ਦੇ ਵਿੱਚ ਮੋਦੀ ਸਾਹਿਬ ਗਏ ਸੀਗੇ ਤੇ ਉੱਥੇ ਦਾ ਟੇਬਲ ਲੱਗਾ ਸੀ, ਮੋਦੀ ਸਾਹਿਬ ਦੇ ਟੇਬਲ ਦੇ ਨਾਲ ਹੀ ਦਰਸ਼ਨ ਸਿੰਘ ਧਾਰੀਵਾਲ ਤੇ ਅੱਗੇ ਬਾਈਡਨ ਟੇਬਲ ਲੱਗਾ ਸੀ। ਕਹਿੰਦੇ ਜਦੋਂ ਉੱਥੇ ਮੈਨੂੰ ਵੇਖਦੇ ਨੇ ਉੱਥੇ, ਫਿਰ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਯਾਰ ਉਹ ਗਲਤੀ ਹੋ ਗਈ, ਮਾਫ਼ੀ ਦੇ ਦਿਓ। ਕਹਿੰਦੇ ਮੈਂ ਤੇ ਪ੍ਰਧਾਨ ਮੰਤਰੀ ਕੁਛ ਕਿਹਾ ਹੀ ਨੀ ਤੁਹਾਨੂੰ, ਜੀ ਆਇਆਂ ਨੂੰ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਤੁਸੀਂ ਕੋਈ ਗੱਲ ਜੀ ਆਇਆਂ ਨੂੰ। ਮਤਲਬ ਇੱਕ ਸਿੱਖ ਕੋਲੋਂ ਉਹਨਾਂ ਨੇ ਆਪਣੀ ਗਲਤੀ ਮਹਿਸੂਸ ਕੀਤੀ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਜੋ ਹੋ ਗਿਆ। ਹੋ ਸਕਦਾ ਕਿ ਥੱਲੇ ਥੱਲੇ ਲੋਕੀ ਕਰ ਜਾਂਦੇ ਆ ਪ੍ਰਧਾਨ ਮੰਤਰੀ ਨੋਟ ਚ ਨਹੀਂ ਹੁੰਦਾ ਕੋਈ ਗੱਲ ਦਾ, ਲੇਕਿਨ ਇੱਕ ਸਿੱਖ ਕੋਲੋਂ ਇੱਕ ਮਾਫ਼ੀ ਮੰਗਣੀ ਪ੍ਰਧਾਨ ਮੰਤਰੀ ਬੜੀ ਵੱਡੀ ਗੱਲ ਸੀ। ਜੀ 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 ਸੋ ਭੱਟੀ ਸਾਹਿਬ ਅੱਜ ਇੰਨਾ ਕੀ ਤੁਹਾਡੇ ਤੋਂ ਸਮਾਂ ਲਵਾਂਗੇ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਜੀ, ਬ੍ਰੇਕ ਤੋਂ ਬਾਅਦ ਫਿਰ ਸਾਂਝ ਪਾਵਾਂਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਤਦ ਤੱਕ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99, ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. ਬੇਸ਼ੁਮਾਰ ਤੇ ਲੇਟੈਸਟ ਵੈਰਾਇਟੀ ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਇਹ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th Avenue South East Kent। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-8797-2394।